हाँ जी अस्सलाम वालेकुम, वेलकम बैक पिजन कॉर्नर दे विच। सरकार ए कबूतर जेठ दियां 11 बाजियां उन्हां को उड़दा रहा वा, भाई ने दस्या एज हो गई आ, लेकिन अज तो कुछ साल पहले की गल आ, कोई 2 साल 2.5 साल पहले की गल, ये बदले बड़ी कितने लड़ाइया छड़ाइया इन्हां दियां पईयां रहियां वा कबूतर दा करके। उंगली लाज रखी फिर कर यह जी बाबा कबूतर ते मुखालफा ने की कीता सीगा, थले नूं कर मैं तुहानूं शौक करावां जी। मुखालफा ने की कीता सीगा जी, इस कबूतर दे ना तेजाब पाता सीगा, इत्थे इस जगह से तेजाब पाता सीगा, कबूतर ना हब्बा हो गया उदों दोनों पासियों, एक तो कबूतर एजड हो गया ना, तो एज भी देख लो कबूतर की बड़ी आ, तो कबूतर मेरे हाथे फड़िया इदां दा जिदां मैं रूं फड़िया काटन फड़िया। इस मुंडे ने मैनूं गरंटी दित्ती आ, उहने कहा साखी भाई जे कबूतर बुत ना पावे तो मेरे सारे कबूतरां दे पैसे लै गए अपने, तो कबूतर मैनूं दे दो। यह कबूतर दे पंजे आ जी, मैं कबूतर का परद होना वा, यह देखो किड्डा वजूद आ, दुम देख लो, यह कबूतर तो मज़ा तां वा, तो जोड़ हड्डी ਇਹ ਹੱਡੀ ਤੇ ਇਹ ਜੋੜ ਤੇ ਯਕੀਨ ਕਰੋ ਮੈਂ ਕਹਿੰਦਾ ਕਿ ਬਹੁਤ ਘੱਟ ਕਬੂਤਰਾਂ ਦੇ ਜੋੜ ਮੈਂ ਦੇਖਿਆ। ਦੇਖੋ ਪਾਰ ਕਬੂਤਰ ਦਾ ਕਾਲੇ ਪੱਲਿਆਂ ਦੇ ਵਿੱਚ ਆ, ਦੇਖੋ ਕਬੂਤਰ ਥੱਲੇ ਸਿੜ ਸਿੜ ਕੇ ਪੱਲੇ, ਇਹਦੇ ਮੈਂ ਜਾ ਕੇ ਇਥੋਂ ਮੋਢੇ ਲਾ ਦੇਣੇ। ਵਜ੍ਹਾ ਕਿਉਂ? ਕਿਉਂਕਿ ਕਬੂਤਰ ਆਪਣਾ ਆਪ ਕਰੇ ਸੈੱਟ, ਤੇ ਇਹਦਾ ਇੱਕ ਬੱਚਾ ਵੀ ਨਿਕਲਿਆ ਤਾਂ 10,000 ਦਾ ਬੱਚਾ ਜਨਾਬ ਇਨਸ਼ਾਅੱਲਾ, ਕਿਉਂਕਿ ਜਿਹੜਾ ਮੋਹਰ ਲਵਾਵੇ ਬੱਚਾ ਉਹੀ ਆ। ਬਾਕੀ ਗੱਲਾਂ ਹੁੰਦੀਆਂ ਮੇਰਾ ਭਰਾ ਕਬੂਤਰ ਆ ਚੰਗਾ, ਟੈਡੀ ਚੰਗਾ, ਗੋਲਡਨ ਚੰਗਾ, ਇਹ ਗੱਲਾਂ ਵਾ ਕਾਲੇ ਪੱਲੇ ਕਾਲੀ ਦੁੰਮ ਕਾਲੀ ਧੋਣ, ਇਹ ਕਬੂਤਰ ਬਾਬਾ ਜੀ ਆ। ਸ਼ੌਕ ਕਰੋ, ਮਿਹਰਬਾਨੀ, ਸ਼ੁਕਰੀਆ, ਅੱਲਾ ਹਾਫਿਜ਼ ਪਿਜਨ ਕਾਰਨਰ ਚੈਨਲ ਸਬਸਕ੍ਰਾਈਬ ਦਾ। ਬਾਕੀ ਜਿਹੜੀ ਗੇਮ ਲਿਆਂਦੀ ਘਰ ਜਾ ਕੇ ਸ਼ੁਕਰ ਹੋ, ਅੱਲਾ ਹਾਫਿਜ਼, ਮਿਹਰਬਾਨੀ। ਅਸਲਾਮ ਅਲੈਕਮ ਜੀ, ਵੈਲਕਮ ਹੋ ਗਿਆ ਜੀ ਦੋਸਤੋ। ਤੁਸੀਂ ਸੋਚਦੇ ਹੋਵੋਗੇ ਐਡੀ ਠੰਡ ਜੀ, ਤਾਂ ਕੋਰੇ ਦੇ ਵਿੱਚ ਧੁੰਦ 'ਚ ਸਾਖੀ ਭਾਈ ਪਿੰਡ ਥਾਂ ਦੇ ਕਬੂਤਰ ਕਰਨ ਕੀ ਗਿਆ ਵਾ, ਇਹ ਇੱਕ ਫਿਰੋਜ਼ਪੁਰੀ ਕਬੂਤਰ ਦਾ ਕਰਕੇ ਵੀਰ ਜੀ ਸਾਰੇ ਕਬੂਤਰ ਸਾਖੀ ਭਾਈ ਲੈ ਕੇ ਆਇਆ ਵਾ, ਇੱਕ ਕਬੂਤਰ ਦਾ ਕਰਕੇ ਉਹਨੂੰ ਪੈਸੇ ਭਰੇ ਜਨਾਬ ਕਬੂਤਰਾਂ ਦੇ ਲਾਗੇ ਘਰ ਨੂੰ ਘਰ, ਇਹ ਅੱਖ ਕਲੀਅਰ ਕਰ ਦੇਣਾ ਭਾਜੀ। ਇਸ ਕਬੂਤਰ ਦਾ ਨਾ 100 ਚੋਂ 99% ਰਿਜ਼ਲਟ ਵਾ, ਮੈਨੂੰ ਜਿਹੜੇ ਬੰਦੇ ਨੇ ਇਹਦਾ ਦੱਸਿਆ ਸੀ ਨਾ, ਉਸ ਬੰਦੇ ਨੇ ਕਿਹਾ ਤੈਨੂੰ 10,000 ਦਾ ਵੀ ਕਬੂਤਰ ਦੇਵੇ, ਆ ਕਬੂਤਰ ਲੈ ਲਈ, ਅਤੇ ਮੈਂ ਇਸ ਕਬੂਤਰ ਦਾ ਕਰਕੇ ਸਾਰੇ ਕਬੂਤਰ ਉਹਦੇ ਕੋਲ ਲਏ ਬੰਦੇ ਕੋਲੋਂ, ਫਿਰੋਜ਼ਪੁਰੀ ਪਿਓਰ ਪੁਰਾਣੀਆਂ ਨਸਲਾਂ ਦੇ ਕਬੂਤਰ ਜਿਹੜੇ ਉਹ ਹੋਈ ਥੱਲੇ ਨੂੰ ਕਰੀ, ਠੀਕ ਹੈ। ਇਹ ਦੇਖੋ ਕਬੂਤਰ ਦਾ ਰੰਗ, ਇਹ ਦੇਖੋ ਫਿਰੋਜ਼ੀ ਗਾਟੇ, ਇਹ ਸੀਗੇ ਇਹਨਾਂ ਤੋਂ ਨਸਲਾਂ ਬਣੀਆਂ ਜਿਹੜੇ ਫਿਰੋਜ਼ਪੁਰੀ ਕਬੂਤਰ, ਅਤੇ ਇਹ ਕਬੂਤਰ ਇਹਨਾਂ 'ਚੋਂ ਜਿਹੜਾ ਰੰਗ ਬਣਾਉਣਾ ਤੁਸੀਂ ਬਣਾ ਲਓ। ਇਹ ਕਬੂਤਰ ਦਾ ਪੱਲਾ ਜਨਾਬ, ਮੈਂ ਕਿਹਾ ਦੋਸਤਾਂ ਨੂੰ ਸ਼ੌਕ ਕਰਾਵਾਂ, ਪਤਾ ਲੱਗੇ ਕਿ ਸਾਖੀ ਭਾਈ ਕਬੂਤਰ ਲੈ ਕੇ ਇੰਨੀ ਦੂਰ ਠੰਡ 'ਚ ਗਿਆ ਵਾ, ਤਾਂ ਕਬੂਤਰ ਕਾਹਤੋਂ ਲੈਣ ਗਿਆ, ਗੱਡੀ ਕਾਹਤੋਂ ਕਰਾਈ ਆ, ਆਹ 3,000 ਰੁਪਇਆ ਸਿਰਫ ਕਿਰਾਇਆ ਹੀ ਲੱਗਾ ਗੱਡੀ ਦਾ, ਵਜ੍ਹਾ ਇਸ ਕਬੂਤਰ ਦਾ ਕਰਕੇ, ਠੀਕ ਆ ਜੀ ਭਰਾ ਜੀ। ਇਹ ਦੇਖੋ ਕਬੂਤਰ, ਇਹ ਲਓ ਛੱਡ ਕੇ ਦੇਖੋ ਕਬੂਤਰ ਫਿਰਦਾ ਤੁਰਦਾ, ਪਤਾ ਲੱਗੇ ਤੁਹਾਨੂੰ, ਇਹ ਇੱਕ ਕਬੂਤਰ ਦਾ ਕਰਕੇ ਇੰਨਾ ਖਰਚਾ ਕੀਤਾ, ਮਿਹਰਬਾਨੀ, ਸ਼ੁਕਰੀਆ, ਅੱਲਾ।